वाह जी वाह, जूस। अगे घर वड़दिया कदे पानी नहीं पुछया, अज सीधा जूस, ओ भी घर वड़दिया सार। आ जूस थोड़े लई नहीं है, पहला ही जूस पी पी के ढिड दा टोल बना रखिया। ओए ए मर्दाना ढिड है, जिथे खड़ गया सो खड़ गया, जनाना ढिड नहीं, कदे अंदर कदे बाहर, कदे अंदर कदे बाहर। ओ बिट्टू आया सी पुनिया साहब दे घरों, कहिंदा राजवीर नु मिलना है, हुण पता नहीं किधर लंघ गया। जीजा जी ने उनु आउण दित्ता। ओहो आउण दित्ता तां ही आया ना। ले वीरे तू पी ला जूस। पक्का तेरे इस भरा ने ना कोई कहानी सुनाई होनी उनु, तां ही भज गया। जे मैं कहानी सुनाई हुंदी ना, ਉਵੇਂ ਭੱਜਦਾ ਨਾ ਟਿੱਕ ਕੇ ਬੈਠਾ ਰਹਿੰਦਾ ਇੱਥੇ। ਤੇਰੀਆਂ ਕਹਾਣੀਆਂ ਤਾਂ ਬੰਦਾ ਸੁਣ ਕਰ ਦਿੰਦੀਆਂ, ਉਹਨੂੰ ਹਿੱਲਣ ਜੋਗਾ ਨਹੀਂ ਛੱਡਦੀਆਂ। ਓਏ ਹਸਪੀਟਲ ਜਾ ਕੇ ਸੁਣਾਇਆ ਕਰ ਆਪਣੀਆਂ ਕਹਾਣੀਆਂ, ਮਰੀਜ਼ਾਂ ਨੂੰ ਸੁਣ ਕਰਨ ਦੇ ਕੰਮ ਆਉਣਗੀਆਂ। ਤੁਸੀਂ ਮੇਰੀ ਬੇਇੱਜ਼ਤੀ ਕਰ ਰਹੇ ਹੋ। ਬੇਟੇ ਮੈਂ ਤਾਂ ਕਈ ਸਾਲਾਂ ਤੋਂ ਕਰ ਰਿਹਾ, ਤੈਨੂੰ ਹੀ ਅੱਜ ਫੀਲ ਹੋਇਆ, ਬਾਕੀ ਮੈਂ ਕਦੇ ਕੋਈ ਕਸਰ ਨਹੀਂ ਛੱਡੀ। ਮਾਮਾ ਜੀ ਕੀ ਹੋਇਆ? ਕੁਛ ਨਹੀਂ ਬੇਟੇ, ਜੀਜਾ ਜੀ ਦਾ ਨੌਕਰ ਆਇਆ ਸੀ, ਆ ਤੇਰੀ ਮਾਮੀ ਤੇ ਮੇਰੇ ਸਾਲੇ ਨੇ ਭਜਾਤਾ। ਤੁਸੀਂ ਤੇ ਐਵੇਂ ਕਹਿ ਰਹੇ ਜਿਵੇਂ ਆਪਾਂ ਜੇਲ੍ਹ 'ਚ ਕੋਈ ਕੈਦੀ ਭਜਾਇਆ ਹੋਵੇ। ਅਸੀਂ ਨਹੀਂ ਭਜਾਇਆ, ਉਹ ਆਪ ਗਿਆ, ਮੈਂ ਤਾਂ ਅੰਦਰ ਜੂਸ ਲੈਣ ਗਈ ਸੀ। ਭਜਾਇਆ ਭਾਵੇਂ ਆਪ ਗਿਆ, ਹੁਣ ਇਹ ਕਿਵੇਂ ਪਤਾ ਲੱਗੂ ਕਿ ਆਇਆ ਕਿਉਂ ਸੀ? ਕਿਹਦਾ ਫੋਨ ਆ ਗਿਆ? ਹਾਂ ਬਿੱਟੂ ਬੇਟੇ, ਕਰਾ ਲੈ ਸਾਈਨ। ਤੁਸੀਂ ਸਾਈਨ ਦੀ ਗੱਲ ਕਰਦੇ ਹੋ, ਇੱਥੇ ਤਾਂ ਸੀਨ ਹੀ ਕੋਈ ਹੋਰ ਹੋਇਆ ਪਿਆ। ਮਤਲਬ ਉਹਨੇ ਨਾ ਕਰਤੀ, ਮੈਨੂੰ ਉਹ ਤਾਂ ਆਹੀ ਮਿਸ ਸੀ। ਤੂੰ ਹੁਣ ਦੇਖੀ ਜਦੋਂ ਬਲਵੰਤ ਸਿੰਘ ਪੂਨੀਆ ਨੇ ਕਚਹਿਰੀਆਂ 'ਚ ਨਿੱਕੇ ਪੂਨੀਆ ਦੀ ਕਰਾਈ ਨਾ ਕੀ ਸੀ, ਸਾਈਨ ਤਾਂ ਉਹ ਉਬੜ ਉਬੜ ਕਰੂ। ਤੁਸੀਂ ਤਾਂ ਉਹੀ ਗੱਲ ਕਰਤੀ, ਆਖੇ ਪੰਜ ਕੋ ਦਰਿਆ ਮੋਢੇ ਤੰਬਾ, ਰਾਜਵੀਰ ਤਾਂ ਮੈਨੂੰ ਮਿਲਿਆ ਹੀ ਨਹੀਂ। ਫਿਰ ਤਾਂ ਉਹਦੇ ਲਈ ਹੋਰ ਵੀ ਸ਼ਰਮ ਵਾਲੀ ਗੱਲ ਸੀ, ਉਹ ਬੰਦਾ ਘੱਟੋ ਘੱਟ ਘਰ ਆਏ ਨੂੰ ਮਿਲ ਤਾਂ ਸਕਦਾ। ਚੱਲ ਕੋਈ ਗੱਲ ਨਹੀਂ, ਤੂੰ ਵਾਪਸ ਆ ਜਾ, ਹੁਣ ਦੇਖੀ ਸਾਈਨ ਤਾਂ ਉਹਦਾ ਪਿਓ ਵੀ ਕਰੂ। ਜੇ ਤੁਹਾਡੇ ਸਾਈਨ ਚੱਲਦੇ ਹੁੰਦੇ ਮੈਂ ਇੱਥੇ ਜ਼ਰੂਰੀ ਖੱਜਲ ਹੋਣਾ ਸੀ। ਚੰਗਾ ਮੈਂ ਵਾਪਸ ਤਾਂ ਆ ਜਾਂਦਾ। ਤੁਸੀਂ ਇਹ ਦੱਸੋ ਬਈ ਮਿੱਠੇ 'ਚ ਕੀ ਲਾਓਗੇ? ਮਿੱਠੇ 'ਚ ਬਿੱਟੂ ਬੇਟੇ ਮਿੱਠਾ ਸੋਡਾ ਲੈ, ਮੈਨੂੰ ਕਬਜ਼ ਰਹਿੰਦੀ ਆ, ਸਾਲਾ ਹੋਰ ਹੀ ਮਗਜ਼ ਮਰੀ ਜਾਂਦਾ। ਕੰਮ ਦੀ ਗੱਲ ਦੱਸ। ਲੈ ਸੁਣ ਲਓ ਫਿਰ, ਤੁਸੀਂ ਦਾਦਾ ਬਣ ਚੁੱਕੇ ਹੋ, ਰਾਜਵੀਰ ਪਿਓ ਬਣ ਚੁੱਕੇ ਆ, ਤੇ ਹਰਮਨ ਮਾਂ ਬਣ ਚੁੱਕੀ ਆ। ਓਏ ਓਏ ਓਏ, ਤੂੰ ਕੋਈ ਟੂਣਾ ਤਾਂ ਹੀ ਟੱਪ ਗਿਆ ਜਾਂ ਤੈਨੂੰ ਉਹਨਾਂ ਨੇ ਕੋਈ ਘੋਲ ਕੇ ਤਵੀਤ ਪਲਾ ਤਾ? ਤੁਸੀਂ ਤਵੀਤ ਦੀ ਗੱਲ ਕਰਦੇ ਹੋ, ਮੈਂ ਤਾਂ ਉਹਨਾਂ ਦੇ ਘਰ ਦਾ ਜੂਸ ਨਹੀਂ ਪੀਤਾ। ਤੁਸੀਂ ਮੇਰੇ ਤੇ ਯਕੀਨ ਕਰੋ, ਹਰਮਨ ਮਾਂ ਬਣ ਚੁੱਕੀ ਹੈ। ਮੈਂ ਆਪਦੀਆਂ ਇਹਨਾਂ ਦੋ ਅੱਖਾਂ ਦੇ ਨਾਲ ਉਹਦੀ ਗੋਦੀ ਦੇ ਵਿੱਚ ਮਾਈਕਰੋਪੂਨੀਆ ਖੇਡਦਾ ਦੇਖਿਆ। ਤੂੰ ਪਹਿਲਾਂ ਆਪਣੀਆਂ ਅੱਖਾਂ ਦਾ ਇਲਾਜ ਕਰਾ, ਹਰਮਨ ਦੀ ਗੋਦੀ 'ਚ ਤੂੰ ਕੋਈ ਕਤੂਰਾ ਕਤਾਰਾ ਦੇਖਿਆ ਹੁਣ? ਮੇਰੀਆਂ ਅੱਖਾਂ ਇੰਨੀਆਂ ਵੀ ਖਰਾਬ ਨਹੀਂ ਹੈਗੀਆਂ ਵੀ ਜਿਹੜੇ ਕੁੱਤੇ ਦੇ ਕਤੂਰੇ 'ਚ ਤੇ ਪੂਨੀਆ ਦੇ ਕਤੂਰੇ 'ਚ, ਮੇਰਾ ਮਤਲਬ ਪੂਨੀਆ ਦੇ ਬੱਚੇ 'ਚ ਫਰਕ ਨਹੀਂ ਸਮਝਦੀਆਂ। ਕੀ ਬਜਤ ਤਾਂ ਰਹਿਣ ਦੇ, ਮੈਂ ਚੱਲ ਵੀ ਜਾਣਾ ਸੀ ਜੇ ਕਿਤੇ ਸਬੂਤ ਨਾ ਭੇਜਣਾ ਹੁੰਦਾ। ਸਬੂਤ? ਕਿਹੜਾ ਸਬੂਤ ਆ? ਤੁਹਾਨੂੰ ਮੇਰੇ 'ਤੇ ਯਕੀਨ ਨਹੀਂ ਨਾ, ਮੈਂ ਤੁਹਾਨੂੰ ਵੀਡੀਓ ਭੇਜਣ ਲੱਗਿਆ, ਉਹ ਦੇਖ ਲਿਓ, ਆਜੂਗਾ ਯਕੀਨ। ਸਰਦਾਰ ਜੀ ਦਾ ਫੋਨ? ਰਾਮ ਰਾਮ ਸਰਦਾਰ ਜੀ। ਪੰਡਿਤ ਜੀ 10 ਮਿੰਟ ਕੱਢ ਕੇ ਮੇਰੇ ਕੋਲ ਘਰੇ ਆ ਸਕਦੇ ਹੋ? ਕੋਈ ਗੱਲ ਕਰਨੀ ਸੀ। ਕੋਈ ਜ਼ਰੂਰੀ ਗੱਲ ਕਹਿਣੀ ਸੀ? ਕਹਿਣਾ ਕੁਝ ਨਹੀਂ। ਹੈਲੋ ਹੈਲੋ, ਕੱਟ ਵੀ ਦਿੱਤਾ। ਲੱਗਦਾ ਸਰਦਾਰ ਜੀ ਨੇ ਕੋਈ ਸਰਪ੍ਰਾਈਜ਼ ਦੇਣਾ।